ਦਾ ਦੁਆਰੇ ਤੇ ਪਲ ਪਲ ਕਰੂੰ ਮੈਂ ਵਿਨਤੀ ਤੇਰੀ ਮਾਂ ਮੈਂ ਖੜ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਪ੍ਰਿੰਸਦੀਪ ਸਿੰਘ, ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦਾ ਹਾਂ ਜੀ। ਅੱਜ ਆਪਾਂ ਆਏ ਹਾਂ ਜੀ ਦਰਸ਼ਨ ਕਰਨ ਨੌ ਦੇਵੀਆਂ ਮੰਦਿਰ ਦੇ ਜੀ। ਜੰਮੂ ਸ਼ਹਿਰ ਦੇ ਨਾਲ ਜੀ ਇਹ ਸਥਾਨ ਬਣਿਆ ਹੋਇਆ ਜੀ, ਨੌ ਦੇਵੀਆਂ ਮੰਦਿਰ ਜੀ ਬਣਿਆ ਹੋਇਆ। ਆਪਾਂ ਚੱਲ ਕੇ ਸਥਾਨ ਦੇ ਦਰਸ਼ਨ ਕਰਦੇ ਹਾਂ ਅਤੇ ਜੇ ਮੰਦਿਰ ਦੇ ਵਿੱਚ ਚੜ੍ਹਾਉਣ ਵਾਸਤੇ ਤੁਸੀਂ ਪ੍ਰਸ਼ਾਦ ਲੈਣਾ ਹੋਵੇ ਤਾਂ ਇਸ ਵੀਰ ਤੋਂ ਲੈ ਸਕਦੇ ਹੋ ਜੀ। 50 ਰੁਪਏ ਤੋਂ 70 ਰੁਪਏ ਦਾ ਪ੍ਰਸ਼ਾਦ ਮਿਲਦਾ ਆ ਜੀ। ਜਿਹਦਾ ਜਿਹੜੀ ਇੱਛਾ ਹੈ, ਜਿਹੜਾ ਲੈਣਾ ਆਪਣੀ ਇੱਛਾ, ਆਪਣੀ ਇੱਛਾ ਦੇ ਅਨੁਸਾਰ ਜੀ ਵੀ ਆ ਰਿਹਾ, ਅਮੀਰ ਸੇ ਅਮੀਰ ਵੀ ਆ ਰਿਹਾ। ਅੱਛਾ ਜੀ, ਆਪਣੀ ਸ਼ਰਧਾ ਬਾਬ ਦੇ ਅਨੁਸਾਰ ਜੀ ਤੁਸੀਂ ਇਸ ਦੁਕਾਨ ਤੋਂ ਜੀ ਪ੍ਰਸ਼ਾਦ ਲੈ ਸਕਦੇ ਹੋ। ਮੰਦਿਰ ਦੇ ਬਿਲਕੁਲ ਸਾਹਮਣੇ ਜੀ ਇਹ ਸ਼ੋਪ ਬਣੀ ਹੋਈ ਆ ਜੀ। ਆਜੋ ਆਪਾਂ ਚੱਲ ਕੇ ਜੀ ਦਰਸ਼ਨ ਕਰਦੇ ਹਾਂ ਜੀ ਇਸ ਮੰਦਿਰ ਦੇ ਜੀ। ਜਿਹੜਾ ਇਹ ਸਥਾਨ ਆ ਜੀ, ਇਹ ਵੀ ਮੇਨ ਰੋਡ ਦੇ ਉੱਤੇ ਬਣਿਆ ਹੋਇਆ ਜੀ। ਇਸ ਪਾਸੇ ਨੂੰ ਕਟੜਾ ਜੰਮੂ ਸ਼ਹਿਰ ਆ ਜੀ ਅਤੇ ਇਸ ਪਾਸੇ ਨੂੰ ਆ ਰਿਆਸੀ ਜੀ। ਮੇਨ ਰੋਡ ਦੇ ਉੱਤੇ ਇਹ ਸਥਾਨ ਬਣਿਆ ਹੋਇਆ ਜੀ। ਚੱਲਦੇ ਹਾਂ ਜੀ ਆਪਾਂ ਇਸ ਮੰਦਿਰ ਦੇ ਵੀ ਚੱਲ ਕੇ ਦਰਸ਼ਨ ਕਰਦੇ ਹਾਂ ਜੀ। ਪੌੜੀਆਂ ਨੇ ਥੱਲੇ ਨੂੰ ਜੀ, ਪੌੜੀਆਂ ਉਤਰ ਕੇ ਆਪਾਂ ਨੂੰ ਜਾਣਾ ਪੈਂਦਾ ਅੰਦਰ ਜੀ ਮੰਦਿਰ ਵੱਲ ਨੂੰ ਜੀ। ਇਹ ਜਦੋਂ ਆਪਾਂ ਪੌੜੀਆਂ ਉਤਰਦੇ ਹਾਂ, ਪੌੜੀਆਂ ਦੇ ਬਾਹਰ ਵੀ ਪ੍ਰਸ਼ਾਦ ਦੀਆਂ ਦੁਕਾਨਾਂ ਬਣੀਆਂ ਨੇ ਜੀ। ਇਹਨਾਂ ਸ਼ੋਪਸ ਤੋਂ ਵੀ ਆਪਾਂ ਪ੍ਰਸ਼ਾਦ ਲੈ ਸਕਦੇ ਹਾਂ ਜੀ। ਇਹ ਪਾਣੀ ਆਉਂਦਾ ਆ ਜੀ ਉੱਪਰੋਂ ਪਹਾੜਾਂ ਦਾ, ਬਰਫ਼ ਦਾ ਜੀ, ਖੁਰਕੇ ਥੱਲੇ ਨੂੰ ਜਾਂਦਾ ਆ। ਜਾਣੀ ਬਾਂਦਰਾਂ ਤੋਂ ਥੋੜ੍ਹਾ ਸੁਚੇਤ ਰਹੇ ਜੀ, ਇਹ ਚਪੱਟਾ ਮਾਰਦੇ ਨੇ, ਪ੍ਰਸ਼ਾਦ ਵੀ ਖੋਲ੍ਹ ਲੈਂਦੇ ਨੇ। ਜਦੋਂ ਆਪਾਂ ਪ੍ਰਸ਼ਾਦ ਲੈ ਕੇ ਮੰਦਰ ਵੱਲ ਨੂੰ ਜਾਂਦੇ ਹਾਂ ਜੀ ਤਾਂ ਇਹ ਬਾਂਦਰ ਝਪੱਟਾ ਮਾਰਦੇ ਨੇ ਜੀ, ਪ੍ਰਸ਼ਾਦ ਖੋਲ੍ਹ ਲੈਂਦੇ ਨੇ। ਪ੍ਰਸ਼ਾਦ ਨੂੰ ਕੱਪੜਿਆਂ ਦੇ ਵਿੱਚ ਲੁਕੋ ਕੇ ਲੈ ਕੇ ਜਾਣਾ ਪੈਂਦਾ ਆ ਜੀ, ਨਹੀਂ ਤਾਂ ਇਹ ਝਪੱਟਾ ਮਾਰਦੇ ਨੇ ਤੁਹਾਡੇ ਉੱਤੇ ਜੀ। ਇਹ ਰਸਤੇ ਦੇ ਵਿੱਚ ਸ਼ੋਪਸ ਬਣੀਆਂ ਹੋਈਆਂ ਨੇ ਜੀ, ਇਹਨਾਂ ਸ਼ੋਪਸ ਤੋਂ ਆਪਾਂ ਕੋਈ ਸਮਾਨ ਲੈਣਾ ਹੋਵੇ ਲੈ ਸਕਦੇ ਹਾਂ। ਲਓ ਜੀ ਆਹ ਦੇਖ ਸਕਦੇ ਹੋ ਕਿ ਪਹਾੜੀ ਆ ਜਾਂਦਾ ਨਾ ਗਾਹ ਪਾਉਂਦਾ ਇਸ ਜਗ੍ਹਾ ਜੀ। ਆਪਾਂ ਨੂੰ ਆਪਣਾ ਜੋੜਾ ਉਤਾਰਨਾ ਪੈਂਦਾ ਆ ਜੀ, ਇਹ ਪ੍ਰਬੰਧਕਾਂ ਵੱਲੋਂ ਹਦਾਇਤ ਦਿੱਤੀ ਗਈ ਆ, ਇਹਨੂੰ ਫੋਲੋ ਕਰਨਾ ਆਪਣਾ ਫਰਜ਼ ਆ ਜੀ। ਇਸ ਜਗ੍ਹਾ 'ਤੇ ਜੋੜਾ ਜਮ੍ਹਾਂ ਕਰਵਾ ਕੇ ਫਿਰ ਆਪਾਂ ਅੰਦਰ ਦਰਸ਼ਨਾਂ ਨੂੰ ਜਾ ਸਕਦੇ ਹਾਂ ਜੀ। ਇਸ ਸਾਈਡ ਬਣੇ ਹੋਏ ਨੇ ਵਾਸ਼ਰੂਮ ਜੀ, ਜੇਕਰ ਆਪਾਂ ਵਾਸ਼ਰੂਮ ਵਗੈਰਾ ਜਾਣਾ ਹੋਵੇ ਤਾਂ ਇਸ ਪਾਸੇ ਨੂੰ ਜਾ ਸਕਦੇ ਹਾਂ ਜੀ। ਆਜੋ ਆਪਾਂ ਹੁਣ ਸਾਰੇ ਜਣੇ ਰਲ ਮਿਲ ਕੇ ਜੀ ਨੌ ਦੁਰਗਾ ਮਾਤਾ ਜੀ ਦੇ ਦਰਸ਼ਨ ਕਰਦੇ ਹਾਂ ਜੀ। ਇਹ ਟਾਈਮਿੰਗ ਆ ਮੰਦਿਰ ਦੀ ਆਪਾਂ ਪੜ੍ਹ ਲਈ ਆ ਜੀ, ਆਪਾਂ ਦਰਸ਼ਨ ਕਰਦੇ ਹਾਂ ਆਜੋ ਮੰਦਿਰ ਦੇ ਜੀ। ਇਹ ਆ ਜੀ ਬਣੀ ਹੋਈ ਜਗ੍ਹਾ ਜੀ, ਇਹ ਪੰਡਿਤ ਜੀ ਨੇ ਜੀ ਇਸ ਜਗ੍ਹਾ 'ਤੇ ਸੇਵਾ ਨਿਭਾਉਂਦੇ ਨੇ ਜੀ, ਇਹ ਸੇਵਾ ਕਰਦੇ ਨੇ ਇਸ ਮੰਦਿਰ ਦੇ ਵਿੱਚ ਜੀ। ਗਣੇਸ਼ ਜੀ ਦੇ ਦਰਸ਼ਨ, ਇਹ ਸਾਹਮਣੇ ਗਣੇਸ਼ ਜੀ ਦੇ ਦਰਸ਼ਨ ਆਪਾਂ ਕਰ ਸਕਦੇ ਹਾਂ ਜੀ। ਨਾਗਿਰੋ ਨਾਗਣ ਜੀ, ਬੜਾ ਸ਼ੇਸ਼ਨਾਗ, ਇਹ ਬੜਾ ਸ਼ੇਸ਼ਨਾਗ ਜੀ। ਅੱਗੇ ਉੱਗੇ ਨੰਦੀਗਣ ਜੀ, ਪਿਓ ਪੁੱਛੇ ਬੋਲੇ ਸ਼ੰਕਰ ਜੀ, ਆਪ ਸ਼ੰਭੂ ਸਾਧ ਮਾਤਾ ਪਾਰਵਤੀ ਇਹਦੇ ਸਾਨੂੰ ਮਾਨ ਜੀ। ਇਹ ਆ ਜੀ ਨੌ ਦੇਵੀ ਗੁਫਾ ਜੀ, ਆਪਾਂ ਗੁਫਾ ਦੇ ਦਰਸ਼ਨ ਕਰਦੇ ਹਾਂ ਅੰਦਰ ਤੋਂ ਚੱਲ ਕੇ ਜੀ। ਜਿਹੜੀ ਇਹ ਗੁਫਾ ਆ ਜੀ, ਇਹ ਗੁਫਾ ਦੇ ਵਿੱਚ ਬੈਠ ਕੇ ਜਾਣੀ ਲੇਟ ਕੇ ਹੀ ਆਪਾਂ ਨੂੰ ਅੰਦਰ ਜਾਣਾ ਪੈਂਦਾ ਆ ਜੀ।
ਸਿੱਧੇ ਖੜੇ ਹੋ ਕੇ ਆਪਾਂ ਗੁਫਾ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਜੀ। ਆ ਜੀ ਸਾਡੀ ਨੌ ਦੇਵੀਆਂ ਨੇ ਜਿਨ੍ਹਾਂ ਦੇ ਉੱਤੇ ਮੁਕਟ ਲੱਗੇ ਹੋਏ ਨੇ। ਇਹ ਨੌ ਦੇਵੀਆਂ ਨੇ ਪਿੱਛੇ ਦੀ ਅਖੰਡ ਜੋਤ ਜਲਦੀ ਰਹਿੰਦੀ ਹੈ, 12 ਮਹੀਨੇ 12 ਸਾਲ ਜਲਦੀ ਰਹਿੰਦੀ ਹੈ, ਠੀਕ ਹੈ ਜੀ। ਪਿੱਛੇ ਜਿਹੜੇ ਸਾਹਮਣੇ ਲੱਗੇ ਨੇ ਟਿੱਕਾ ਲੱਗਿਆ ਏਦਾਂ ਨੇ ਉਹ ਆ ਰਹੇ, ਇਹ ਨੇ 5 ਪਾਂਡਵ ਆ ਜੀ। ਅੱਛਾ ਜੀ, ਠੀਕ ਹੈ ਜੀ। ਉਹ ਤਾਂ ਮੂਰਤੀ ਰੱਖੀ ਹੈ, ਸਾਡੇ ਗਣੇਸ਼ ਭਗਵਾਨ ਜੀ, ਗਣੇਸ਼ ਭਗਵਾਨ ਦੀ ਆਪ ਮੂਰਤੀ ਆ, ਬਹੁਤ ਸਾਲ ਪੁਰਾਣੀ ਜੀ, ਗੁਫਾ ਦੇ ਨਾਲ ਹੀ ਆ। ਆਹ ਸਾਹਮਣੇ ਜਿਹੜੀ ਤੁਸੀਂ ਇਹ ਗੁਫਾ ਟਾਈਪ ਦੇਖ ਰਹੇ ਹੋ, ਇਹ ਗਰਭ ਜੂਨ ਕਹਿੰਦੇ ਨੇ ਕਿ ਵੈਸ਼ਨੋ ਦੇਵੀ ਨੇ ਇੱਥੇ ਸਮਾਂ ਕੱਟਿਆ ਸੀ ਥੋੜ੍ਹਾ ਜਿਹਾ। ਸਾਹਮਣੇ ਉੱਤੇ ਦੇਖ ਲਓ ਕੈਲਾਸ਼ ਪਰਬਤ ਹੈ, ਮਾਂ ਛੋਟਾ ਜਿਹਾ ਕੈਲਾਸ਼ ਪਰਬਤ ਤੇ ਸ਼ਿਵਜੀ ਭਗਵਾਨ, ਮਾਤਾ ਪਾਰਵਤੀ ਵਿਰਾਜਮਾਨ ਨੇ। ਆਹ ਜਿਹੜੇ ਤੁਸੀਂ ਦੇਖ ਰਹੇ ਹੋ ਬ੍ਰਹਮਾ ਜੀ ਦੀ ਜਟਾਵਾਂ ਨੇ ਸਾਰੀਆਂ, ਆਹ ਜਿਹੜੀਆਂ ਲਮਕ ਰਹੀਆਂ ਨੇ ਇਹ ਸਾਰੀ ਬ੍ਰਹਮਾ ਜੀ ਦੀ ਜਟਾ ਨੇ, ਉਹਨਾਂ ਦੇ ਸਿਰ ਤੇ ਜਿਹੜੀ ਜਟਾ ਨੇ। ਇਸ ਪਾਸੇ ਆ ਜਾਓ, ਮਾਤਾ ਜੀ ਦੇ ਚਰਨ ਨੇ, ਇੱਥੇ ਮਾਤਾ ਜੀ ਦੇ ਚਰਨ ਲੱਗੇ ਹੋਏ ਨੇ। ਤੇ ਇਸ ਪਾਸੇ ਜੀ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਸ਼ੇਰ ਦੇ ਪੰਜੇ ਨੇ, ਇਹ ਵਾਲੇ, ਇਹ ਜਿਹੜੇ ਇਸ ਟਾਈਪ ਦੇ ਬਣੇ ਨੇ ਨਾ, ਇਸ ਟਾਈਪ ਦੇ ਜਿਹੜੇ ਬਣੇ ਹੋਏ ਨੇ ਸਾਹਮਣੇ, ਇਹ ਮਾਤਾ ਦੇ ਸ਼ੇਰ ਦੇ ਪੰਜੇ ਨੇ। ਤੇ ਇੱਧਰੋਂ ਕੋਈ ਟਾਈਮ ਕਹਿੰਦੇ ਸੀ ਕਿ ਗੰਗਾ ਆਉਂਦੀ ਸੀ, ਗੰਗਾ ਆਪਣੇ ਦਰਸ਼ਨ ਦਿੰਦੀ ਹੈ ਹਰ ਸਾਲ ਨਵਰਾਤਰੇ ਵਿੱਚ, ਇੱਧਰ ਆਪਣੇ ਆਪ ਪਾਣੀ ਭਰੋ ਜਾਂਦਾ ਹੈ, ਉਹਨੂੰ ਕਹਿੰਦੇ ਗੰਗਾ, ਆਪ ਗੰਗਾ ਆਉਂਦੀ ਹੈ ਮਾਤਾ ਦੇ ਦਰਸ਼ਨ ਲਈ। ਅੰਦਰ ਗੁਫਾ ਤੋਂ ਦਰਸ਼ਨ ਕਰ ਲਏ ਨੇ ਨੌ ਦੇਵੀ ਮਾਤਾ ਜੀ ਦੀ ਗੁਫਾ ਦੇ ਜੀ। ਜ਼ਿੰਦਗੀ 'ਚ ਮੌਕਾ ਲੱਗਿਆ ਤਾਂ ਇੱਕ ਵਾਰ ਜ਼ਰੂਰ ਜੀ ਇਸ ਗੁਫਾ ਦੇ ਦਰਸ਼ਨ ਕਰਨ ਆਇਓ ਜੀ। ਪਿੰਡੀ ਦੇ ਰੂਪ ਦੇ ਵਿੱਚ ਨੌ ਮਾਤਾ ਨੌ ਦੇਵੀਆਂ ਜੀ ਇਸ ਗੁਫਾ ਦੇ ਵਿੱਚ ਬਿਰਾਜਮਾਨ ਨੇ ਜੀ। ਇਹ ਵੀਰ ਦਾ ਬਹੁਤ ਬਹੁਤ ਧੰਨਵਾਦ ਆ ਜੀ, ਇਸ ਵੀਰ ਦੀ ਮਦਦ ਨਾਲ ਜੀ ਆਪਾਂ ਦਰਸ਼ਨ ਕਰ ਸਕੇ ਹਾਂ, ਵੀਡੀਓ ਬਣਾ ਸਕੇ ਹਾਂ ਜੀ। ਜਦੋਂ ਆਪਾਂ ਮੰਦਿਰ ਦੇ ਵਿੱਚ ਐਂਟਰ ਹੁੰਦੇ ਹਾਂ ਤਾਂ ਇਹ ਵੀਰ ਦੀ ਸ਼ੌਪ ਆ ਜੀ, ਪ੍ਰਸ਼ਾਦ ਆਪਾਂ ਇਸ ਵੀਰ ਤੋਂ ਵੀ ਲੈ ਸਕਦੇ ਹਾਂ। ਸਪਾਈਸੀ ਜੰਮੂ ਦੇ ਨਾਮ ਦੇ ਨਾਲ ਇਸ ਵੀਰ ਦਾ ਵੀ ਇੱਕ ਯੂਟਿਊਬ 'ਤੇ ਚੈਨਲ ਆ ਜੀ, ਇਹ ਵੀਰ ਦਾ ਵੀ ਸਾਥ ਜ਼ਰੂਰ ਦਿਓ ਜੀ। ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੰਦੇ ਹੋ ਇਸ ਵੀਰ ਦਾ ਵੀ ਸਾਥ ਜ਼ਰੂਰ ਦਿਓ ਜੀ। ਅਤੇ ਇਸ ਜਿਹੜਾ ਆਪਣੇ ਇਹ ਪਾਣੀ ਚੱਲ ਰਿਹਾ ਜਾਂ ਇਸ ਮੰਦਿਰ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਆਪਾਂ ਇਸ ਵੀਰ ਤੋਂ ਵੀ ਲੈਂਦੇ ਹਾਂ ਜੀ। ਜੀ ਸਭ ਤੋਂ ਪਹਿਲੇ ਜੀ ਤੁਹਾਡਾ ਬੜਾ ਬੜਾ ਧੰਨਵਾਦ ਜੀ, ਪੰਜਾਬੀ ਟੈਬਲੇਟ ਭਈਆ ਹਮਾਰੇ ਪ੍ਰਿੰਸ ਭਾਈ ਕਾ। ਤੋ ਇਹ ਜੋ ਆਪ ਸਾਹਮਣੇ ਦੇਖ ਰਹੇ ਹੈ ਇਸ ਨਦੀ ਕਾ ਨਾਮ ਹੈ ਚਰਨ ਗੰਗਾ, ਔਰ ਚਰਨ ਗੰਗਾ ਇਸ ਲਈ ਹੈ ਕਿਉਂਕਿ ਇਹ ਵੈਸ਼ਨੋ ਦੇਵੀ ਕੀ ਜੋ ਗੁਫਾ ਮੇ ਸੇ ਧਾਰਾ ਨਿਕਲਤੀ ਹੈ ਛੋਟੀ ਸੀ, ਬਸ ਇਹ ਉਸੀ ਸੇ ਬਨਤੀ ਹੈ, ਔਰ ਇਹ ਹਮ ਲੋਕ ਜੋ ਹੈ ਹਮ ਯਹਾਂ ਕੇ ਲੋਕਲ ਲੋਕ ਇਸੀ ਧਾਰਾ ਕੇ ਕਿਨਾਰੇ ਕਿਨਾਰੇ ਹਮਾਰੇ ਜੋ ਦਾਦਾ ਪੜਦਾਦਾ ਥੇ ਵੋ ਵੈਸ਼ਨੋ ਦੇਵੀ ਕੇ ਦਰਸ਼ਨ ਕੇ ਲੀਏ ਜਾਇਆ ਕਰਤੇ ਥੇ। ਔਰ ਅਭੀ ਯਹਾਂ ਪੇ ਆਪ ਦੇਖ ਸਕਤੇ ਹੈ ਇਹ ਜੋ ਜਗ੍ਹਾ ਬਣ ਰਹੀ ਹੈ ਇਹ ਜਾਲੀ ਕੱਟ ਜਾਏਗੀ ਬਿਲਕੁਲ, ਔਰ ਯਹਾਂ ਪੇ ਇੱਕ ਬਹੁਤ ਬੜਾ ਗੰਗਾ ਆਰਤੀ ਕੇ ਲੀਏ ਜੋ ਹੈ ਪੰਡਾਲ ਬਣੇਗਾ, ਔਰ ਯਹਾਂ ਪੇ ਰੋਜ਼ ਸ਼ਾਮ ਕੋ ਗੰਗਾ ਆਰਤੀ ਕੀ ਜਾਏਗੀ। ਇਹ ਜੋ ਆਪ ਬ੍ਰਿਜ ਦੇਖ ਰਹੇ ਹੋ ਇਹ ਬ੍ਰਿਜ ਇਸ ਲਈ ਬਣਾਇਆ ਗਿਆ, ਯਹਾਂ ਪੇ ਗੰਗਾ ਜੀ ਕੀ ਬਹੁਤ ਬੜੀ ਮੂਰਤੀ ਬਣਾਈ ਜਾਏਗੀ ਗੰਗਾ ਮਈਆ ਕੀ। ਅਭੀ ਉਸਮੇ ਥੋੜਾ ਟਾਈਮ ਲੱਗੇਗਾ ਕਿਉਂਕਿ ਹਮ ਸਰਕਾਰ ਸੇ ਕੋਈ ਨਹੀਂ ਵੋ ਲੇਤੇ ਹੈ, ਕਿਉਂਕਿ ਹਮੇ ਆਪਣਾ ਹੀ ਟਰਸਟ ਬਣਾਇਆ ਲੋਕਲ, ਔਰ ਯਹਾਂ ਪੇ ਸਾਈਡ ਪੇ ਅਭੀ ਜੋ ਦੇਖ ਰਹੇ ਹੈ ਇਹ ਹਮਨੇ ਵੇਟਿੰਗ ਹਾਲ ਬਣਾਇਆ ਹੋਇਆ, ਕਭੀ ਵੀ ਕੋਈ ਯਾਤਰੀ ਵਗੈਰਾ ਜੋ ਦੂਰ ਸੇ ਆਤੇ ਹੈ, ਪੈਦਲ ਯਾਤਰੀ ਹੋਤੇ ਹੈ, ਸਾਈਕਲ ਯਾਤਰੀ, ਆਜ ਕੱਲ ਤੋ ਆਪ ਬਹੁਤ ਸਾਰੇ ਯਾਤਰੀ ਦੇਖਤੇ ਹੈ ਟਰੈਵਲਰ ਹੋਤੇ ਹੈ, ਉਨਕੇ ਲਈ ਹਮਨੇ ਵੀ ਜੋ ਹੈ ਛੋਟਾ ਸਾ ਇੱਕ ਪੰਡਾਲ ਬਣਾਉਣ ਕੀ ਕੋਸ਼ਿਸ਼ ਕੀ ਹੈ ਯਹਾਂ ਕੇ ਹੀ ਟਰਸਟ ਮੇਂ। ਤੋ ਯਹਾਂ ਕਾ ਟਰਸਟ ਜੋ ਹੈ ਯਹਾਂ ਕੇ ਲੋਕਲ ਲੋਕੋ ਕੀ ਵੀ ਬਹੁਤ ਮਦਦ ਕਰਤਾ ਹੈ, ਬੇਟੀਓ ਕੀ ਸ਼ਾਦੀ ਮੇਂ ਆ ਸਕਤਾ ਹੈ, ਮਗਰ ਯੇ ਸਭ ਕੁਛ ਯਾਤਰੀਓ ਕੀ ਕਿਰਪਾ ਸੇ ਹੋਤਾ ਹੈ।
ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸੰਗਤ ਨੂੰ ਕੁਛ ਕਹਿਣਾ ਚਾਹੁੰਦੇ ਹੋ ਤੁਸੀਂ ਜੀ? ਸੰਗਤ ਨੂੰ ਇਹੀ ਕਹਿਣਾ ਚਾਹੇਂਗੇ, ਮੇਰੇ ਕੋਲ ਪੰਜਾਬੀ ਥੋੜ੍ਹੀ ਥੋੜ੍ਹੀ ਆਤੀ ਹੈ, ਸੰਗਤ ਨੂੰ ਇਹੀ ਕਹਿਣਾ ਚਾਹੇਂਗੇ ਕਿ ਆਪ ਕਭੀ ਵੀ ਵੈਸ਼ਨੋ ਦੇਵੀ ਮੈਂ ਆਏ ਤੋ ਵੈਸ਼ਨੋ ਦੇਵੀ ਸੇ ਮਾਤਰ 8 ਕਿਲੋਮੀਟਰ ਕੀ ਦੂਰੀ ਪਰ ਮਾਤਾ ਨੋ ਦੇਵੀ ਕਾ ਮੰਦਿਰ ਸਥਿਤ ਹੈ ਔਰ ਯਹਾਂ ਪੇ ਦੋ ਗੁਫਾਏ ਆਪਣੇ ਸਿਪਾਹੀ ਨੇ ਆਪਕੋ ਦਿਖਾਈ ਜੋ ਵੀਡੀਓ ਮੈਂ ਪਹਿਲੀ ਗੁਫਾ ਹੈ ਹਮਾਰੇ ਭੋਲੇਨਾਥ ਜੀ ਕੀ ਔਰ ਦੂਸਰੀ ਗੁਫਾ ਹੈ ਹਮਾਰੀ ਨੋ ਦੇਵੀ ਕੀ। ਤੋ ਪ੍ਰਿੰਸ ਭਾਈ ਕਾ ਵੀ ਬਹੁਤ ਬਹੁਤ ਧੰਨਵਾਦ ਹਮੇ ਆਪਣੀ ਵੀਡੀਓ ਮੈਂ ਲੈਣੇ ਕੇ ਲੀਏ ਔਰ ਕਿਰਪਾ ਕਰੇਂਗੇ ਅਗਰ ਆਪਕੋ ਹਮਾਰਾ ਚੈਨਲ ਇੱਕ ਵਾਰ ਵਿਜ਼ਿਟ ਜ਼ਰੂਰ ਕਰੇਂ ਸਪਾਈਸੀ ਜੰਮੂ, ਅਗਰ ਅੱਛਾ ਲਗੇ ਤੋ ਆਪ ਸਬਸਕ੍ਰਾਈਬ ਕਰੇ, ਨਹੀਂ ਲਗੇ ਤੋ ਜੈ ਮਾਤਾ। ਵੀਰ ਦਾ ਬਹੁਤ ਬਹੁਤ ਧੰਨਵਾਦ ਜੀ ਸਾਡਾ ਸਾਥ ਦੇਣ ਲਈ ਜੀ। ਤੁਸੀਂ ਪਾਣੀ ਦੇਖ ਸਕਦੇ ਹੋ ਦੁੱਧ ਵਰਗਾ ਸਾਫ ਚਿੱਟਾ ਪਾਣੀ ਆ ਜੀ। ਤੇ ਚੱਲਦੇ ਆ ਆਪਾਂ ਜੀ ਅੱਗੇ ਨੂੰ ਜੀ। ਜੇਕਰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਿਓ ਜੀ। ਦਿਖਾਉਂਗਾ ਇੱਕ ਹੋਰ ਚੀਜ਼ ਜੋ ਕਿ ਨੋ ਦੇਵੀ ਮੈਂ ਕੋਈ ਨਹੀਂ ਜਾਣਤਾ ਹਮ ਲੋਕਲ ਲੋਗੋ ਕੇ ਸਿਵਾਏ। ਇਹ ਪੇੜ ਹੈ, ਇਹ ਆਪ ਛੋਟਾ ਸਾ ਪੌਦਾ ਦੇਖ ਸਕਤੇ ਹੈ, ਅਗਰ ਕਿਸੀ ਕੋ ਬਿੱਛੂ ਵਗੈਰਾ ਕਾਟ ਲੇ, ਸਾਂਪ ਵਗੈਰਾ ਕਾਟ ਲੇ, ਕਿਉਂਕਿ ਹਮਾਰੇ ਇੰਡੀਆ ਮੈਂ 97% ਜੋ ਸਾਂਪ ਹੈ ਬਿਨਾਂ ਜ਼ਹਿਰ ਕੇ ਹੋਤੇ ਹੈ ਔਰ ਸਿਰਫ 3% ਸਾਂਪ ਹੈ ਜਿਨਮੇਂ ਜ਼ਹਿਰ ਹੋਤਾ ਹੈ। ਪਰ ਲੋਕੋ ਕੋ ਕਿਆ ਹੈ ਵੋ ਜੋ ਥੋੜੇ ਥੋੜੇ ਜ਼ਹਿਰ ਵਾਲੇ ਸਾਂਪ ਹੋਤੇ ਹੈ ਇਸ ਜੜੀ ਬੂਟੀ ਸੇ ਇਸਕਾ ਰਸ ਲਗਾਣੇ ਸੇ ਵੋ ਠੀਕ ਹੋ ਜਾਏ। ਔਰ ਪ੍ਰਿੰਸ ਭਾਈ ਆਪ ਬਹੁਤ ਲੱਕੀ ਹੋ ਜੋ ਆਪ ਇਸ ਟਾਈਮ ਪੇ ਆਏ, ਇਸਕਾ ਫੂਲ ਕੇ ਦਰਸ਼ਨ ਕਭੀ ਕਭੀ ਹੋਤੇ ਹੈ ਔਰ ਕਿਸੀ ਕੋ ਹੋਤੇ ਹੈ, ਤੋ ਯੇ ਪ੍ਰਿੰਸ ਭਾਈ ਕੇ ਬਹੁਤ ਬੜੀ ਇੱਕ ਲੱਕੀ ਬਾਤ ਹੈ। ਤੋ ਯੇ ਪੌਦੇ ਹਰ ਜਗ੍ਹਾ ਪੇ ਹੋਤੇ ਹੈ, ਇਸਕੋ ਹਮ ਇਸ ਤਰ੍ਹਾਂ ਸੇ ਯੂਜ਼ ਕਰਤੇ ਹੈ। ਸਰਦੀਓ ਮੇਂ ਐਸੀ ਪਿਛਲੀ ਸਾਈਡ ਮੇਂ ਨਾ ਵਾਈਟ ਲੇਅਰ ਆ ਜਾਤੀ ਹੈ, ਤੋ ਇਸਕੋ ਹਮ ਐਸੇ ਕਰਕੇ ਇਸਕੀ ਮਹਿੰਦੀ ਛਾਪ ਲਗਾਤੇ ਹੈ। ਅੱਛਾ ਜੀ। ਮਗਰ ਅਭੀ ਤੋ ਇਸਕੋ ਹੈ ਨਹੀਂ, ਤੋ ਸਰਦੀਓ ਮੇਂ ਯੇ ਹੋਤਾ ਹੈ। ਤੋ ਪ੍ਰਿੰਸ ਭਾਈ ਆਗੇ ਬੜਤੇ ਹੈ, ਯੇ ਛੋਟਾ ਸਾ ਰਾਸਤਾ ਹੈ ਐਗਜ਼ਿਟ ਕਾ, ਇਸਕੋ ਆਪ ਦੇਖੀਏ ਭਾਜੀ। ਇਹ ਜਾਲੀ ਜੀ ਇਸ ਲਈ ਲਾਈ ਆ ਵੀ ਬਾਂਦਰ ਤੁਹਾਡੇ ਤੇ ਅਟੈਕ ਨਾ ਕਰ ਸਕਣ, ਤੁਹਾਤੋਂ ਕੁਛ ਖੋ ਨਾ ਲੈਣ ਜੀ, ਇਸ ਲਈ ਇਹ ਜਾਲੀ ਲਗਾਈ ਗਈ ਹੈ ਜੀ। ਇਸ ਜਗ੍ਹਾ ਵਿੱਚ ਪ੍ਰਿੰਸ ਭਾਜੀ ਪਾਣੀ ਨਹੀਂ ਹੁੰਦਾ ਸੀ, ਬਿਲਕੁਲ ਵੀ ਪਾਣੀ ਨਹੀਂ ਹੁੰਦਾ ਸੀ। ਤੋ ਯਹਾਂ ਪੇ ਕਿਆ ਹੋਆ ਕਿ ਇਹ ਗੁਫਾਏ ਬਿਲਕੁਲ ਸੁੱਕੀ ਨਹੀਂ। ਬਾਬਾ ਜੀਤੋ ਜੀ ਜੋ ਆਪਨੇ ਪਿੱਛੇ ਮੰਦਿਰ ਦੇਖਾ ਹੋਗਾ, ਐਕਸਪਲੋਰ ਕਰੇਂਗੇ ਉਸਕੋ, ਤੋ ਬਾਬਾ ਜੀਤੋ ਜੀ ਕੀ ਵਜ੍ਹਾ ਸੇ ਯਹਾਂ ਪੇ ਪਾਣੀ ਆਇਆ ਥਾ। ਔਰ ਇਹ ਜੋ ਇਹ ਪਾਣੀ ਹੈ ਕਹਤੇ ਹੈ ਕਿ ਹਮਾਰੇ ਇੰਡੀਆ ਮੇਂ ਤੋ ਮਾਨਤਾ ਹੈ, ਕਿਉਂਕਿ ਬਾਹਰ ਬਾਰਿਸ਼ ਹੋ ਤੋ ਐਸਾ ਚੀਜ਼ ਨਹੀਂ ਹੁੰਦਾ। ਹਮਾਰੇ ਇੰਡੀਆ ਮੇਂ ਆਪਨੇ ਹਰ ਬਾਰ ਸੁਣੋ ਕਿਸੀ ਪੇ ਛਾਇਆ ਆ ਗਈ, ਕਿਸੀ ਮੇਂ ਮਾਤਾ ਆ ਗਈ, ਜੋ ਕਿ ਜੋ ਨੈਗੇਟਿਵ ਪਾਵਰਸ ਹੋਤੀ ਹੈ ਇਸ ਪਾਣੀ ਕੇ ਸੇਵਨ ਸੇ ਉਸੀ ਵਕਤ ਇਨਸਾਨ ਕੋ ਅਗਰ ਅਭੀ ਹਮੇ ਤੋ ਹੈ ਨਹੀਂ ਪਰ ਨਾ ਇਨਸਾਨ ਇਸਕੋ ਚਰਨ ਅੰਮ੍ਰਿਤ ਕੋ ਜਬ ਗ੍ਰਹਿਣ ਕਰਤਾ ਹੈ ਤੋ ਉਨਕੋ ਐਸੇ ਹੋ ਜਾਤਾ ਹੈ, ਬਸ ਜਬ ਸਮਝੋ ਐਸੇ ਹੋ ਗਿਆ ਉਨਕੀ ਨੈਗੇਟਿਵ ਪਾਵਰ ਦੂਰ ਹੋ ਗਈ, ਇਹ ਯਹਾਂ ਕੀ ਮਾਨਤਾ ਹੈ। ਤੋ ਇਸ ਚਰਨ ਅੰਮ੍ਰਿਤ ਕੋ ਹਮ ਗ੍ਰਹਿਣ ਕਰੇਂਗੇ ਔਰ ਪ੍ਰਿੰਸ ਭਾਈ ਨੂੰ ਦੇਂਗੇ। ਇਹ ਹਮਾਰੇ ਪ੍ਰਿੰਸ ਭਾਈ ਅਭੀ ਚਰਨ ਅੰਮ੍ਰਿਤ ਕੋ ਗ੍ਰਹਿਣ ਕਰ ਰਹੇ ਹੈ। ਇਹ ਚਰਨ ਅੰਮ੍ਰਿਤ ਬਹੁਤ ਜ਼ਿਆਦਾ ਮਾਨਤਾ ਵਾਲਾ ਹੈ, ਆਪ ਇਸਕੀ ਲੋਕੇਸ਼ਨ ਦੇਖ ਸਕਤੇ ਹੋ, ਇਹ ਕਹਾਂ ਸੇ ਨਿਕਲ ਰਹਾ ਹੈ ਔਰ ਇਹ ਕਹੀਂ ਸੇ ਨਿਕਲ ਰਹਾ ਨਹੀਂ ਹੈ। ਮੈਂ ਆਪਕੋ ਦਿਖਾ ਦੂੰ ਛੋਟੀ ਛੋਟੀ ਜੋ ਆਪ ਬੂੰਦੇ ਦੇਖ ਪਾ ਰਹੇ ਹੋ, ਇਨ ਬੂੰਦੋ ਸੇ ਕਹਤੇ ਹੈ ਨਾ ਕਿ ਬੂੰਦ ਬੂੰਦ ਸੇ ਸਮੁੰਦਰ ਬਰਤਾ ਹੈ, ਬਸ ਇਸੀ ਟਪਕਤੀ ਹੋਈ ਬੂੰਦੋ ਸੇ ਯਹਾਂ ਪੇ ਇਹ ਇਤਨਾ ਸਾਰਾ ਚਰਨ ਅੰਮ੍ਰਿਤ ਜੋ ਹੈ ਬਾਹਰ ਆ ਰਹਾ ਹੈ। ਤੋ ਪ੍ਰਿੰਸ ਭਾਈ ਆਪਕੋ ਕੈਸਾ ਲਗਾ ਇਹ ਚਰਨ ਅੰਮ੍ਰਿਤ? ਇਹ ਚਰਨ ਅੰਮ੍ਰਿਤ ਬਹੁਤ ਠੰਡਾ ਪਾਣੀ ਹੈ ਤੇ ਜੀ ਮਨ ਨੂੰ ਇੱਕ ਸਕੂਨ ਆਇਆ ਜੀ। ਇਸ ਤੋਂ ਬਾਅਦ ਜੀ ਆਪਾਂ ਬਾਬਾ ਜੀਤੋ ਜੀ ਦਾ ਜਿਹੜਾ ਸਥਾਨ ਆ ਉਸ ਸਥਾਨ ਦੇ ਵੀ ਦਰਸ਼ਨ ਕਰਾਂਗੇ ਜੀ, ਜਿਸ ਜਗ੍ਹਾ ਤੋਂ ਪਾਣੀ ਜੀ ਇਸ ਜਗ੍ਹਾ ਤੱਕ ਪਹੁੰਚਦਾ ਆ ਪਹੁੰਚਦਾ ਆ। ਜੇਕਰ ਤੁਹਾਨੂੰ ਵੀਡੀਓ ਸਾਡੀ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜੀ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ। ਇਸ ਵੀਰ ਦਾ ਵੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਸਾਡਾ ਸਾਥ ਦੇ ਰਿਹਾ ਜੀ, ਇਸ ਜਗ੍ਹਾ ਦੇ ਉੱਤੇ ਸਾਡੀ ਵੀਡੀਓ ਬਣਾਉਣ ਦੇ ਵਿੱਚ ਮਦਦ ਕਰ ਰਿਹਾ ਜੀ। ਇਹ ਵੀਰ ਇਸ ਜਗ੍ਹਾ ਦੇ ਉੱਤੇ ਢੋਲ ਦੀ ਸੇਵਾ ਨਿਭਾਉਂਦਾ ਆ ਜੀ। ਜੂਨ ਜੁਲਾਈ ਕੇ ਦਿਨ ਤੇ ਗਰਮੀਓ ਕੇ ਦਿਨ ਤੇ ਕਾਫੀ ਤੋ ਯਾਤਰੀ ਵਗੈਰਾ ਜੋ ਜੂਨ ਜੁਲਾਈ ਮੈਂ ਛੁੱਟੀਆਂ ਹੋਤੀ ਤੋ ਰਸ਼ ਕਾਫੀ ਹੋਤਾ ਕਿ ਸਭੀ ਲੋਕ ਆਤੇ ਹੈ ਸਮਰ ਵਿਕੇਸ਼ਨ ਪੇ। ਤੋ ਦੋ ਤਿੰਨ ਬੁੱਢੇ ਅੰਕਲ ਥੇ ਵੋ ਬ੍ਰਿਧ ਆਸ਼ਰਮ ਵਾਲੇ ਜੋ ਆਤੇ ਹੈ ਨਾ ਵੋ ਦੋ ਤਿੰਨ ਥੇ, ਤੋ ਵੋ ਯਹਾਂ ਪੇ ਬੈਠ ਕੇ ਇੱਕ ਅੰਕਲ ਕੋ ਚੱਕਰ ਆ ਕੇ ਗਿਰ ਗਏ ਔਰ ਯਹਾਂ ਪੇ ਯੇ ਪਾਣੀ ਹੈ, ਪਾਣੀ ਨਹੀਂ ਪੀਣੇ ਕੋ ਪਾਣੀ ਪੀਣੇ ਕੇ ਲਈ ਉਧਰ ਬੁੱਢਾ ਬੰਦਾ ਕੈਸੇ ਜਾਏਗਾ।
मेरे पास ना गिलास था ना बोतल था, मैं वहाँ से हाथ ठीक है फिर मैं चाहता हूँ अपनी दुकान पे फिर प्रिंस भैया मैंने मेरी वीडियो डालनी है सर। प्रिंस भैया फिर ये पाइप जो है ना ये मैंने वो पीछे दिखाया उसके लिए वहाँ से साफ पानी यहाँ तक लाया ताकि कोई बंदा प्यासा नहीं जाए। इससे पहले तक यहाँ पे पानी नहीं था वहाँ जाना पड़ता था बड़ी वीर का बहुत बहुत धन्यवाद है जी इन्हें उपराला किया संगत वास्ते पीने वाले पानी का जी ਪਾਣੀ ਬਹੁਤ ਵੱਡੀ ਸੇਵਾ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਪੰਕਤੀ ਆਉਂਦੀਆਂ ਨੇ ਪਹਿਲਾਂ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਪਾਣੀ ਤੋਂ ਬਿਨਾਂ ਤਾਂ ਜੀਵਨ ਹੀ ਹੈ ਨਹੀਂ ਜੀ ਜ਼ਿੰਦਗੀ ਉਹ ਹੈ ਨਹੀਂ ਜੀ। ਇਹ ਪੌੜੀਆਂ ਨੇ ਜੀ ਉੱਪਰ ਤੋਂ ਥੱਲੇ ਤੱਕ ਆਉਂਦੀਆਂ ਨੇ ਇਹ ਪੌੜੀਆਂ ਉਤਰ ਕੇ ਆਪਾਂ ਥੱਲੇ ਜੀ ਨੌ ਦੁਰਗਾ ਮਾਤਾ ਜੋ ਕਿ ਪਿੰਡੀ ਰੂਪ ਵਿੱਚ ਬਿਰਾਜਮਾਨ ਨੇ ਜੀ ਆਪਾਂ ਦਰਸ਼ਨ ਕਰ ਸਕਦੇ ਹਾਂ ਜੀ। ਆਪਾਂ ਨੇ ਜੀ ਸਾਰਿਆਂ ਨੇ ਰਲ ਮਿਲ ਕੇ ਨੌ ਦੇਵੀ ਮਾਤਾ ਦੇ ਦਰਸ਼ਨ ਕਰ ਲਏ ਨੇ ਜੀ ਜੋ ਕਿ ਪਿੰਡੀ ਰੂਪ ਦੇ ਵਿੱਚ ਬਿਰਾਜਮਾਨ ਨੇ। ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਸਾਡੇ ਵੀਰ ਇਸ ਦਾ ਸਪਾਈਸੀ ਜੰਮੂ ਦੇ ਨਾਮ ਦੇ ਉੱਤੇ ਚੈਨਲ ਆ, ਇਸ ਵੀਰ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੀਂ ਜਗ੍ਹਾ ਦੇ ਉੱਤੇ ਜੀ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।